ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਸੋ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਨਮੀ ਆਈ ਆ, ਹੁਣ ਹਵਾ ਵੀ ਚੱਲਦੀ ਹੈ ਅਤੇ ਬੱਦਲਵਾਈ ਵੀ ਹੋ ਗਈ ਉੱਪਰ ਹੈ। ਦੋ ਤਿੰਨ ਘੰਟੇ ਤੋਂ ਬੱਦਲਵਾਈ, ਪਰ ਇੱਕ ਵਾਰ ਐਂ ਲੱਗੀ ਗਿਆ ਵੀ ਸ਼ਾਇਦ ਇਹਨੇ ਦੌੜ ਜਾਣਾ, ਵੀ ਬੱਦਲ ਨੇ ਇੱਧਰ ਉੱਧਰ ਮੀਂਹ ਪੈਣਾ ਨਹੀਂ। ਅਤੇ ਪਰ ਹੁਣ ਮਾੜੀ ਮਾੜੀ ਭੂਰ ਝੂਰ ਜੀ ਜਿਹੜੀ ਗਿਰਨ ਲੱਗ ਗਈ, ਅਤੇ ਭੂਰ ਝੂਰ ਦਾ ਆਨੰਦ ਲੈ ਰਹੇ ਹਾਂ ਜੀ ਸਾਡੇ ਸੋਹਣੇ ਕਾਕੇ ਦਾ ਜੀ। ਅਰੇ ਆਹ ਅਰੇ ਕਿਆ ਕਰਦਾ ਸੋਹਣਾ ਕਾਕਾ, ਪਰ ਉਨਾ ਮੀਂਹ ਪੈਂਦਾ ਨਹੀਂ, ਹਰ ਕੱਪੜੇ ਖੋਲ੍ਹ ਕੇ ਥੱਲੇ ਗਿੱਲਾ ਜਿਹਾ ਹੋ ਗਿਆ ਜ਼ਰੂਰ ਕਰਨਾ ਜਿਹੜਾ ਇੱਧਰ ਆਹ ਹਾਂ ਕਿਆ ਹੋ ਗਿਆ, ਕਿਆ ਕਰਦਾ ਤੂੰ ਐਂ ਕਰਦਾ ਮੀਂਹ ਨਹੀਂ ਪੈਂਦਾ ਉਹਨਾਂ ਰੁਈਰਾਂ ਹੀ ਤਾਂ ਐਂ ਘੱਟੋ ਘੱਟ ਕਰਨ ਦੇ ਸਾਡੇ ਪਿੱਤ ਹੋਈ ਵੀ ਜੀ ਜ਼ਿਆਦਾ। ਇਹ ਕਹਿੰਦਾ ਜੇ ਸਵਾਰ ਕੇ ਮੀਂਹ ਪੈ ਜਾਵੇ ਤੇ ਪਿੱਤ ਜੀ ਹਟ ਜਾਵੇ, ਇਹਦੇ ਹੱਥ ਵੀ ਫੜੇ ਜੀ ਪਏ ਪਿੱਤ ਦੇ ਨਾਲ। ਹਾਂਜੀ ਤੇਰੀ ਕੱਟ ਇਹ ਕਰ ਰਹਿਣ ਦੇ ਰਹਿਣ ਦੇ ਬੁੱਤ ਨਹੀਂ ਕਰਨਾ ਮਾੜੀ ਮਾੜੀ ਬੁੰਦਾ ਬੰਦੀ ਜੀ ਹੋ ਰਹੀ ਹੈ। ਆ ਗਿਆ ਹੁਣ ਆਇਆ, ਹੁਣ ਖੁਸ਼ ਹੋਈ ਹੈ, ਹੁਣ ਆਇਆ ਮਾੜਾ ਜਾ ਡਰਨਾ ਨਾਲਾ ਨਾਲਾ ਜਾ ਤੇਰੀ 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 ਕਰ ਸੱਟ, ਉਹ ਤਾਂ ਸੱਟ ਨਾ ਖਾਈ ਠੀਕ ਹੈ ਨਾ, ਨਾ ਇਹਦੇ ਮਾਰੀ ਸੱਟ ਲੈ ਵੀ ਆ ਤਾਂ ਗਿਆ ਦੱਖਣ ਚੱਲਦਾ ਹੁਣ ਹੁਣ ਨਾ ਇਹ ਤਾਂ ਨੀ ਤੇਜ਼ਾਬੀ ਜੀ, ਉਹਦਾ ਜਿਹੜਾ ਮੰਨ ਲਓ ਆਪਾਂ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੀਂਹ ਪੈਣਾ ਉਹ ਹੁੰਦਾ ਤੇਜ਼ਾਬੀ, ਜਿਹੜਾ ਦੂਏ ਤੀਏ ਦਿਨ ਪੈ ਜਾਂਦਾ ਨਾ ਉਹਦਾ ਕੋਈ ਤੇਜ਼ਾਬੀ ਨਹੀਂ। ਨਾਲਾ ਪੁੱਤ ਵੀਰੇ ਹੁਣ ਤੂੰ ਕਹਿੰਦਾ ਇੱਧਰ ਨੂੰ ਆ ਜਾਣਾ ਚਾਹੁੰਦੇ ਕਾਕੇ, ਅਰੇ ਬੀਜੀ ਨਹਾਉਣ ਲੱਗਿਆ ਤੂੰ ਕਹਿੰਦਾ ਦਾਦੀ ਆਉਣਾ ਲਾ, ਹੁਣ ਮੈਨੂੰ ਵੀ ਪਰਨਾ ਜਾ, ਮੈਨੂੰ ਵੀ ਜੇ ਸਿਰ ਪਰ ਨੂੰ ਹੈਗਾ ਕੋਈ ਕਾਗਜ਼ ਲਿਆ ਦਿਓ, ਮੇਰਾ ਵੀ ਜੀਅ ਕਰਦਾ ਨਾ ਹੁਣ ਨੂੰ ਅਸੀਂ ਵੀ ਕਰਤੱਬ ਦਿਖਾਵਾਂਗੇ ਅਸੀਂ ਵੀ ਕਰਤੱਬ ਦਿਖਾਵਾਂਗੇ। ਨਹੀਂ 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 ਇਹ ਨਹੀਂ ਨਹਾਉਣਾ ਹੈਗਾ, ਮੰਮੀ ਗਾਲਾਂ ਕੱਢੂਗੀ ਆਏ ਕੀ ਗਿਆ ਓਏ ਜੱਬੀ, ਉਹ ਬੀਜੀ ਲਿਖਿਆ ਜਾ ਔਰ ਬੀਜੀ ਪਿਆ ਜਾ, ਬੀਜੀ ਨੂੰ ਠਾਲ ਲਿਆ ਘਾ ਜਾ ਤੂੰ ਜਾ ਠਾਲ ਕੇ ਲੈ ਉੱਥੇ ਜਾ ਕੇ ਚੱਲਾ ਜਾ, ਤੇਰਾ ਵੀ ਸਿਰ 'ਚ ਪਾਣੀ ਪੈ ਜਾਣਾ, ਲਫਾਫਾ 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 ਦੇ ਦੋ ਨਾ।
ਜਾਂ ਤੇ ਉਹ ਬੀਜ ਨੂੰ ਠਾਲ ਕੇ ਲੈ ਕੇ ਛੇਤੀ ਕਰ, ਉਹ ਤਾਂ ਡੱਡੂ ਬਣ ਗਿਆ ਤਾਂ ਬੀਜੀ ਆ ਜਾ। ਸਾਡੀ ਮੰਮੀ ਹੁਣ ਹੁਮਾਉਂਦੀ ਪਹੁੰਚਦੀ ਹੋਈ ਸਾਡੇ ਕੋਲ ਸਾਡੇ ਬਾਅਦ ਵਧੀਆ ਮੰਜਾ ਖੜਾ ਕਰੇ ਦਿੰਦੇ ਆਪਾਂ ਹੁਣ ਗਿੱਲਾ ਹੋਣ ਨਾਲ। ਹਾਂਜੀ ਨਾ ਲਿਆ ਜੀ ਹਾਂ ਹਾਂ ਤੇਰੀ ਹੁਣ ਸੱਟ ਵੱਜਣੀ ਸੀ ਉਹਦੇ ਸੱਟ ਤਾਂ ਨਹੀਂ ਲੱਗੀ ਐਂ ਨਾ ਕਰ ਪੁੱਤ। ਅੱਛਾ ਅੱਜ ਕਿਆ ਬਣਾਉਣਾ ਸੁਖਬੀਰ ਕੋਲੇ ਦੱਸੋ ਬਈ ਸ਼ਿਮਲਾ ਮਿਰਚ ਬਣਾਇਆ ਛਿੰਡੀ ਖੁਸ਼ਬੂ ਤਾਂ ਆਈ ਨੀ ਤੜਕਾ ਲਾ ਕੇ ਹੁਣੇ ਹੈ ਕੰਨ ਸੱਟ ਨਾ ਖਾਲੀ ਪੁੱਤੋ ਏ ਕਿਆ ਹੋਣ ਲੱਗ ਗਿਆ ਨਹੀਂ ਉਹ ਤਾਂ ਮੱਛੜ ਕਰਕੇ ਕੰਧ ਪਰ ਜਿਹੜਾ ਪੈਂਦਾ ਇੱਧਰ ਜੀ ਸਾਡਾ ਵਾਤਾਵਰਨ ਤੁਸੀਂ ਦੇਖ ਸਕਦੇ ਹੋ ਨਾਲੇ ਪਿੱਪਲ ਖੜਾ ਹੈ ਹੋਰ ਦਰਖਤ ਦੁਰਖਤ ਜੇ ਖੜੇ ਹੈ ਜੀ ਅਤੇ ਆਪਣੀਆਂ ਉਹ ਸਭ ਤੋਂ ਖਾ ਹੀ ਨਹੀਂ ਹੋਈਆਂ ਜੀ ਇਸ ਵਾਰ ਕਹਿੰਦੇ ਠੰਡ ਲੱਗਦੀ ਤੈਨੂੰ ਨਹੀਂ ਲੱਗਦੀ ਕਿ ਸਾਨੂੰ ਠੰਡ ਠੁੰਡ ਕੁਛ ਨਹੀਂ ਲੱਗਦੀ ਹੈਗੀ ਪੱਕੜੇ ਪਾ ਕੇ ਅਸੀਂ ਕੰਮ ਕਰੂੰਗੇ ਨਹੀਂ ਪੁੱਤ ਨਾ ਪਾ ਦੀਦੀ ਪਰਸਿਆ ਬਾਰਿਸ਼ ਦਾ ਆਨੰਦ ਲੈਂਦੇ ਹੋ ਸਾਡੇ ਜਵਾਕ ਗਰਮੀ ਵਿੱਚ ਨਹਾਉਣ ਦੇ ਨਾਲ ਵੀ ਤੁਹਾਨੂੰ ਪਤਾ ਹੈ ਪਿੱਤ ਪੁੱਤ ਮਰ ਜਾਂਦੀ ਹੈ ਜੀ ਡਰ ਚਲੋ ਜੀ ਬੈਠ ਗਿਆ ਚਿਹਰਾ ਕਾਕਾ ਚਿਹਰਾ ਕਾਕਾ ਕਰਨ ਆਪਾਂ ਨਵੀਆਂ ਨਿਕਲਾਂ ਕਹਿ ਦੇ ਉਹ ਆਹੇ
ਪਿਆਰ ਆ ਮਟਰ ਹੋਰ ਲਿਆ ਕੇ ਦੇ ਤੂੰ ਜਿਕਣਾ ਦਾ ਹੁਣ ਮੀਂਹ ਪੈ ਰਿਹਾ ਜੇ ਇਹ ਇੱਕ ਘੰਟਾ ਲਾ ਜਾਵੇ ਨਾ ਨਾਲੇ ਪਤਾ ਹੋਰ ਚੱਕਰ ਵੀ ਆ ਨਾਲੇ ਹੁਣ ਹੋਊਗੀ ਨਾ ਬਹੁਤਾ ਪਾਣੀ ਬਣਨਾ ਨਾਲ ਦੀ ਨਾਲ ਰੇਸ਼ਣੇ ਵਾਲਾ ਵੀ ਕੰਮ ਹੈ ਤੇ ਠੰਡ ਠੁੰਡ ਐਨ ਵਧੀਆ ਹੋ ਜਾਣੀ ਆ ਹਾਂਜੀ ਨਹੀਂ 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 ਫਿਰ ਤਾਂ ਗਰਮੈਸ਼ ਹੋ ਜਾਣੀ ਆ ਹੁਣ ਤੂੰ ਰੋਕ ਨਾ ਮੀਂਹ ਹੁਣ ਤਾਂ ਪੈ ਜਾਣਾ ਦੇਖਦਾ ਪੈਂਦਾ ਲਓ ਜੀ ਬਰਸਾਤ ਦਾ ਟਾਈਮ ਆ ਮੀਂਹ ਬਸ ਉਹੀ 15 ਕੁ ਮਿੰਟ ਪਿਆ ਜਿਹੜਾ ਪਿਆ ਕਹਿੰਦੀ ਮੌਸਮ ਹੋ ਗਿਆ ਠੰਡਾ ਅਤੇ ਪਤਾ ਲੱਗ ਗਿਆ ਵੀ ਵਿੱਕੀ ਰਾਹੀਂ ਵੀ ਟਰੈਕਟਰ ਲੈ ਕੇ ਨੇੜੇ ਪਹੁੰਚ ਗਏ ਦੇਖਦੇ ਹਾਂ ਵੀ ਉਹਨਾਂ ਨੂੰ ਰਸਤੇ ਜ਼ਮੀਨ ਨੇ ਤਾਂ ਨਹੀਂ ਘੇਰਿਆ ਹੈਗਾ ਹਿਸਾਬ ਕਿਤਾਬ ਗੱਲ ਕਿੱਦਾਂ ਆਉਂਦੇ ਆ ਬਸ ਆਉਣੇ ਵਾਲਾ ਹੀ ਆ 2-4 ਮਿੰਟ ਦੇ ਵਿੱਚ ਇੱਥੇ ਪਹੁੰਚ ਜਾਣਾ ਜੀ ਜਾਣੀ ਉੱਦਾਂ ਹਵਾ ਜੀ ਚੱਲ ਕੇ ਨਾ ਵਿੱਚ ਮੀਂਹ ਦੇ ਨਵੀਂ ਜੀ ਭਰ ਗਈ ਮੌਸਮ ਠੰਡਾ ਹੋ ਗਿਆ ਫਰਕ ਪੈ ਗਿਆ ਪਹਿਲਾਂ ਨਾਲ ਅਤੇ ਹੁਣ ਆਉਂਦੇ ਆ ਵਿੱਕੀ ਰਾਹੀਂ ਫਿਰ ਦਿਖਾਉਂਦੇ ਆਪਾਂ ਤੁਹਾਨੂੰ ਸਾਰੇ ਹੀ ਸਾਡੇ ਪਿੰਡ ਦੀ ਜਿਹੜੀ ਕਰਤਾਰਪੁਰ ਸਾਹਿਬ ਨੂੰ ਟੀਮ ਗਈ ਸੀਗੀ ਮੱਥਾ ਟੇਕਣ ਵਾਸਤੇ ਉਹ ਪਹੁੰਚ ਰਹੇ ਹਾਂ ਜੀ ਉੱਥੋਂ ਦੀ ਇਹ ਹੱਲ ਬਈ ਗਈ ਦੌੜ ਗਈ ਹੁਣ ਗਈ ਪੁੱਠੇ ਪਾਸੇ ਇਹ ਉਹ ਗਈ ਹੁਣ ਨਹੀਂ ਉੱਥੇ ਹੱਥ ਪਹੁੰਚਣਾ ਇਹਦਾ ਹਾਂ ਹੁਣ ਹਾਂ ਦਾਦੂ ਆ ਖੇਡਦਾ ਤਾ ਬਾਲ ਤੂੰ ਗੰਦਾ ਬਾਲ ਖੇਡਣੇ ਵਾਲਾ ਹੈਂ ਡੰਡੇ ਗੱਲ ਨਿਕਲਣੀ ਹੈ 5-7 ਮਿੰਟ ਦੇ ਵਿੱਚ ਪਹੁੰਚਣੇ ਨੂੰ ਕਹਿੰਦੇ ਹੋ ਗਏ ਤਾਂ ਖਾਸਾ ਟਾਈਮ ਉਹਨਾਂ ਦਾ ਪੈ ਤੇ ਆਏ ਰਸਤੇ 'ਚ ਤਰਨ ਲੱਗ ਗਏ ਹੁਣ ਕਿਸੇ ਹੋਰ ਨੂੰ ਇੱਧਰ ਨੂੰ ਵੀ ਨਹੀਂ ਆ ਰਹੇ ਇੱਧਰ ਨੂੰ ਵੀ ਨਹੀਂ ਆ ਰਹੇ ਵਿੱਕੀ ਨੂੰ ਅੱਗ ਮਾਰਤੀ ਲਓ ਜੀ ਟਰੈਕਟਰ ਆ ਰਿਹਾ ਜੀ ਹਾਂ ਕਿੱਥੇ ਚੜਿਆ ਬੈਠਾ ਮਜਨੂੰ ਉਹ ਪੁੱਠਿਆ ਉਹ ਪਾਛਿਆ ਕਲਾ ਬਾਜੀ ਆ ਹੈਂ ਬੰਦੇ ਤਾਂ ਹੈ ਪਿੱਛੇ ਉਤਰ ਕੇ ਦੱਸਦੇ ਮੈਨੂੰ ਸਤਿ ਸ਼੍ਰੀ ਅਕਾਲ ਜੀ ਹੈਗੇ ਬੰਦੇ ਕਿੱਥੇ ਲਾ ਜਾਂਦੇ ਅੱਛਾ ਪਾਕਿਸਤਾਨ ਤਾਂ ਤੂੰ ਗਿਆ ਨਹੀਂ ਹੈ ਗਿਆ ਕਹਿੰਦੇ ਨਹੀਂ ਜੀਰੋ ਲੈਣ ਤੱਕ ਤਾਂ ਜਾਏ ਆ ਬਿਨਾਂ ਪਾਸਪੋਰਟ ਤੋਂ ਯੋ ਬਾਤ ਤੇਰੀ ਸਹੀ ਹੈ ਹਾਂਜੀ ਭਾਈ ਉਹ ਮੇਰਾ
ਨੀਂਦ ਨਹੀਂ ਤੰਗ ਕਰੇ ਟਰੈਕਟਰ ਕਰ ਦੇਣਾ ਬੰਦ ਵਾਹਿਗੁਰੂ ਸਤਨਾਮ ਬਲੇ ਛੋ ਨਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਨ ਚੱਕ ਲਿਆ ਪੁੱਤ ਸਮਾਨ ਕੋਈ ਤਾਰਨੇ ਵਾਲਾ ਕਿ ਬਾਅਦ 'ਚ ਤਾਰਨਾ ਹੁਣ ਕਿਆ ਕਰਨਾ ਮਾੜਾ ਰੈਸਟ ਕਰ ਲੈਣਾ ਹੈ ਨਾ ਅੱਧਾ ਆਰਾਮ ਤਾਂ ਘਰ ਆ ਕੇ ਆਇਆ ਹੋਇਆ ਵੀ ਪਹੁੰਚ ਗਏ ਉਹਦਾ ਅੱਧਾ ਆਰਾਮ ਤਾਂ ਆ ਜਾਂਦਾ ਜਦੇ ਸਮਾਨ ਜਿਹੜਾ ਗੱਦੇ ਗੁੱਦੇ ਵਿੱਚ ਵਿਛੇ ਪਿਆ ਸਾਰਾ ਕੁਛ ਕਰਨੋ ਪੁੱਤੋਂ ਲਿਆ ਰੱਖਿਆ ਵਿੱਚ ਤਾਂ ਸਮਾਨ ਅੱਛਾ 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 ਠੀਕ ਹੈ ਗੱਲ ਮੇਨ ਗੱਲ ਜਦੋਂ ਇੱਕ ਬੰਦੇ ਉੱਥੇ ਦੇ ਸਹੀ ਟਾਈਮ ਤੇ ਤੁਰੇ ਮੇਰੇ ਕਹੇ ਤੇ ਮੁੜਿਆ 2 ਵਜੇ ਹਰਿਮੰਦਰ ਸਾਹਿਬ ਅਸੀਂ ਇਸ ਟਾਈਮ ਇਹਦੇ ਪਹਿਲਾਂ ਪਹੁੰਚ ਗਏ 3 ਵਜੇ ਸਵੇਰੇ 6 ਵਜੇ ਤੁਰੇ ਦੇਖ ਲਓ ਟਾਈਮ ਐਂ ਸਹੀ ਨਾਲੇ ਸਾਰੇ ਦਰਸ਼ਨ ਕਰਿਆ ਸੀ ਵੀ ਜਿਹੜੇ ਵੀਰਾਂ ਨੇ ਮਿਲਿਆ ਉਹਨਾਂ ਨੇ ਮਿਲਿਆ ਬਾਕੀ ਵੀਰਾਂ ਦਾ ਭਾਈ ਬਹੁਤ ਧੰਨਵਾਦ ਹੈ ਜਿਹਨਾਂ ਨੇ ਸਾਡੀ ਇੰਨੀ ਸੇਵਾ ਕਰੀ ਉਹ ਵੀ ਗੱਲ ਨੇ ਉਹ ਵੀ ਤਾਂ ਲਿਫਾਫੇ ਚੱਕ ਲੈ ਦੋ ਚੀਪੇ ਦੇ ਭੁੱਲ ਗਿਆ ਫੇਰ ਚੀਪੇ ਦੇ ਹੁਣ ਪਤਾ ਲੱਗੂਗਾ ਰਸਤਾ ਛੱਡ ਜਤਿੰਦਰ ਚੀਪੇ ਦੇ ਕਿੱਧਰ ਓਦਾਂ ਇੰਦਰ ਪਾੜ ਦੇਣਾ ਕਹਿੰਦੇ ਮਾੜਾ ਮੋਟਾ ਸਲਾਬ ਜੀ ਹੋ ਜਾਂਦੀ ਹੁਣ ਮੀਂਹ ਪਿਆ ਨਾ ਗੱਡੀਆਂ ਗੁੱਡੇ ਦੀ ਹਵਾ ਬਾਬੇ ਨਾਨਕ ਨੇ ਥਾਪੜਾ ਦਿੱਤਾ ਜਿਹੜਾ ਭਾਈਆਂ ਦਾ ਪਿਆਰਾ ਉਹ ਲੱਗੇ ਆ ਉਹ ਵੀ ਗੱਲ ਜਿਹੜਾ ਤੋਰਿਆ ਨਾ ਉਹਦੇ ਐਨ ਉਹਦੇ ਨਾਲ ਮਨ ਖੁਸ਼ ਨਾਲ ਉਹਦਾ ਬਹੁਤ ਫਰਕ ਆ ਮੇਰੇ ਤੱਕ ਬੱਦਲ ਬਾਈ ਉਹ ਚਾਦਰਾ 4 ਦਿਨ ਹੋਈ ਗਈ ਉਹੀ ਤਾਂ ਸਮਝ ਨੀ ਲੱਗੀ ਜੀ ਬਣਿਆ ਕਿਆ ਬਣ ਕੇ ਗਿਆ
ਇਹਦੇ ਵਿੱਚ ਹੁਣ ਇੱਕ ਚੀਜ਼ ਦੀ ਜਿਹੜਾ ਟੋਕ ਹੋ ਜਾਂਦੀ ਨਾ ਮੂਹਰੇ, ਫਿਰ ਉਹ ਮਾੜਾ ਜਿਹਾ ਰੋਕਣੀ ਪੈ ਜਾਂਦੀ ਹੈ। ਹੁਣ ਮੈਨੂੰ ਲਾਈਵ ਦਾ ਪਤਾ ਨਹੀਂ ਹੈਗਾ, ਹੋਇਆ ਮੈਂ ਬਹੁਤ 10-12 ਵਾਰ ਹੋ ਲਿਆ ਪਰਸੋਂ ਦਾ ਲਾਈਵ, ਪਰ ਮੈਨੂੰ ਪਤਾ ਨਹੀਂ ਵੀ ਕਿੱਕਣਾ ਹੋਣਾ ਤਾਂ। ਮੈਂ ਸਵੇਰ ਟਾਈਮ ਬੰਦੇ ਨੂੰ ਕਿਹਾ ਵੀ ਆਪਣੇ ਪੀਏ ਨੂੰ ਵੀ ਮਾੜਾ ਜਿਹਾ ਭਾਈ ਕਰ ਲੈਬ ਉੱਥੇ ਆਪਣੇ ਸੈਸ ਕਰਿਆ ਵਾਲਾ ਵੀ ਚਾਦਰਾ ਵਧੀਆ ਲੱਗਦਾ, ਫਿਰ ਤਾਂ ਲਾਈਆਂ ਬੋਟਾਂ ਗਿਣਨੀਆਂ ਮਹਾ ਆਪਾਂ ਨੇ, ਮਹਾ ਮਸ਼ੀਨ ਲੈਂਦੀ ਕੱਪੜੇ ਧੋਣਾ ਜਿਹਦੀਆਂ ਬੋਟਾਂ ਵੱਧ ਨੂੰ ਲਿਆਂਦੀ ਆਪਾਂ ਨੇ, ਜੇ ਬੋਟਾਂ ਵੱਧ ਹੋਈਆਂ ਵੱਧ ਲੈ ਆਪਾਂ ਲਾ ਕੇ ਚਲੀ ਜਾਣਾ ਜੇ ਘੱਟ ਹੋਈਆਂ ਘੱਟ ਜੀ ਨਹੀਂ। ਇਹ ਵੀ ਗੱਲ ਠੀਕ ਹੈ, ਉਹ ਲੈਬ ਨਹੀਂ ਹੋਇਆ ਕਿ ਮੈਂ ਭਾਈ ਫੋਟੋ ਖਿਚਾ ਕੇ ਦਿਖਾ ਦਿੱਤਾ, ਮਹਾਂ ਚੈੱਕ ਕਰ ਲਓ ਹੁਣ ਠੀਕ ਹੈ, ਲਾਇਆ ਤਾਂ ਲਾਇਆ ਫਿਰ ਠੀਕ, ਚਾਦਰਾ ਲਾਇਆ ਤਾਂ ਲਾਇਆ 5 ਮਿੰਟ ਦਾ, ਉਹਦੇ ਮੈਨੂੰ ਕਿਸੇ ਨੇ ਕਹਿੰਦੇ ਵੀ ਰਹਿਣ ਦੇ ਤੇਰਾ ਚੰਗਾ ਨਹੀਂ ਚੰਗਾ ਨਹੀਂ, ਮੰਨਣੀ ਪੈਂਦੀ ਹੈ ਸੰਗਤਾਂ ਦੀ ਗੱਲ, ਮੰਨਣੀ ਪੈਂਦੀ ਹੈ ਭਾਈ, ਧਿਆਨ ਗੱਲ ਲਾ ਲਓ ਬੈਕ ਦੇਖ ਕੇ ਮਾੜਾ, ਆਰਾਮ ਗੱਲ ਕੱਢਦੇ ਕੱਢਦੇ ਕੱਢਦੇ, ਇਹ ਤੈਨੂੰ ਗਲਤ ਕੰਮ ਕਰਨਾ, ਇੱਕਣਾ ਨਹੀਂ ਮੁੜਨਾ ਨੇ, ਇੱਥੇ ਦੇ ਲਿਆ ਕੇ ਮੋੜ ਕੇ ਉੱਧਰ ਨੂੰ ਜਾ ਕੇ ਫਿਰ ਸਿੱਧਾ ਕਰਕੇ ਲਾ, ਮੁੜਨਾ ਨਹੀਂ ਇੱਕਣਾ, ਪਹਿਲਾਂ ਇੱਥੇ ਦੇ ਮੋੜ ਕੇ ਸਿੱਧਾ ਕਰ ਲੈ, ਮੁੜਨਾ ਨਹੀਂ ਮਹਾਂ, ਸਾਨੂੰ ਪਤਾ ਸੀ ਆਪਣੇ ਵਾਲੇ ਟਰਾਲੇ ਨੂੰ ਮੋੜ ਦੇਈ ਹੈ, ਉਹ ਵੀ ਲਾਉਣੀ ਪੈਣੀ ਹੈ ਨਾ, ਗੱਡੀ ਨੂੰ ਥੋੜ੍ਹੀ ਜਿਹੀ ਪੈਕ ਕਰਦੇ, ਟਰਾਲਾ ਤਾਂ ਇੱਥੇ ਹੀ ਆ ਜਾਣਾ, ਇੱਥੇ ਜੇ ਤੱਕ ਆ ਜਾਣਾ, ਜੀਰੋ ਜੀਰੋ ਕਢਾਈ ਵੀ ਦੀ ਕਰਕੇ ਟਰੈਕਟਰ ਦੇ ਨਾਲ, ਠੀਕ ਆ, ਹੌਲੀ ਹੌਲੀ ਦੇਖਦਾ ਬੰਦਾ, ਅੱਛਾ ਸੈਂਪੀ ਆ ਰਹੇ ਟਰੈਕਟਰ ਲੈ ਕੇ ਆਏ ਦੋ, ਚਲੋ ਲਾਤਾ ਜੀ ਅੰਦਰ, ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ, ਝੰਡੇ ਵੱਜ ਜਾਣਾ ਮਾੜਾ ਮਾੜਾ ਫਾਸ ਜੀ, ਹੋਰ ਕਿਆ ਹੋਊ, ਝੋਟਾ ਫਿਰ ਗਿਆ ਕਰ ਬੁੱਕਦਾ ਹੈ, ਠੀਕ ਹੈ ਕਿਆ ਹੋਇਆ ਸਰਬਜੀਤ ਦੇ ਨਾਲ ਬਣਾਵਾ ਕਾਹਤੇ ਦੱਸ,
ਨਿਕਰ ਪਾਈ ਹੋਈ ਆ ਨਾ ਤੁਹਾਡੀ ਨਿਗਾਹ ਨਹੀਂ ਪਈ ਕੋਈ ਗੱਲ ਨਹੀਂ ਵਧੀਆ ਡੋਂਟ ਵਰੀ ਕੋਈ ਕਿਉਂ ਨਹੀਂ ਕਰਕੇ ਹਾਂ ਅੱਛਾ ਚੱਕ ਲੈਂਦੇ ਚੱਕਦੇ ਫਿਰ ਚੱਕਦੇ ਚੱਕਦੇ ਕਰਦੇ ਬਾਲ ਗਈ ਕਿਆ ਮਤਲਬ ਹੋ ਗਿਆ ਪੂਰਾ ਪੂਰਾ ਗੁਰਦੁਆਰੇ ਚੜ੍ਹਦਾ ਤਾ ਮੂਹਰਲਾ ਟਾਇਰ ਚੱਕ ਕੇ ਚੜ੍ਹਦਾ ਤਾ ਪੂਰੀ ਪੂਰੀ ਫਿਰ ਵੀ ਨਹੀਂ ਹੋਣਾ ਇਹਦਾ ਬਹੁਤ ਬੈਕ ਜਾਣਾ ਫਿਰ ਤਾਂ ਤੂੰ ਫਿਰ ਗੱਡੀ ਬੁੰਨੇ ਨਾਲ ਲਿਆਉਂਗੇ ਲਿਫਟ ਨਾਲ ਵਿੱਚ ਬਸਾ ਕੇ ਫਿਰ ਮੁੜ ਕੇ ਪਾਉਣਾ ਨਹੀਂ ਹੈਗਾ ਪਾ ਕੇ ਫਿਰ ਚੱਕ ਕੇ ਬੈਗ ਉਹ ਨਹੀਂ ਪਿੱਛੇ ਕਰ ਪੂਰੇ ਉਹ ਬੈਗ ਕਰ ਬਣਿਆ ਆ ਜਾ ਬੜੀ ਗੱਡੀ ਝਟਕਾ ਮਾਰੀ ਬਸ ਝਟਕਾ ਪਹੁੰਚ ਜਾਗਾ ਉਹ ਖਾਦੇ ਨੂੰ ਠੀਕ ਆ ਤੂੰ ਝਟਕਾ ਦਾ ਮਾਰ ਉਹ ਝਟਕਾ ਦਾ ਮਾਰ ਪਿੱਛੇ ਇਹਨਾਂ ਨੂੰ ਨਹੀਂ ਘਰ ਲੂਗਾ ਬ੍ਰੇਕ ਲਾ ਕੇ ਮਾਰਦਾ ਝਟਕਾ ਨਹੀਂ ਰੁਕ ਜਾ ਹੁਣ ਦੇ ਖੋਲ ਕੇ ਖੁੱਲਦਾ ਤਾਰਾਂ ਵੀ ਖੋਲ ਲਿਓ ਆਪਣੀਆਂ ਪਹਿਲਾਂ ਵਿੱਚ ਤੇ ਹੁਣ ਬੇਸ਼ੱਕ ਐਕਣੇ ਰੜੋ ਲਿਆ ਗਾ ਹਾਂ ਹੌਲੀ ਹੌਲੀ ਟਰੈਕਟਰ ਐਕਣੇ ਲਿਆ ਗਾ ਹਾਂ ਸਵੇਰੇ ਨਹੀਂ ਪੈਣਾ ਜੀ ਅੱਛਾ ਚੱਲ ਠੀਕ ਆ ਫਿਰ ਪੂਰੀ ਠੀਕ ਆ ਪੈਦਾ ਜਾਊਗਾ ਹੌਲੀ ਦੇ ਕੇ ਟੁੱਟ ਰੱਖ ਦੇਣੀ ਜਿਹਦੇ ਥੱਲੇ ਮਾਰ ਵੀ ਝਟਕਾ ਤਾਰ ਦੇਖੋ ਤਾਰ ਚੱਲ ਚੰਗੀ ਗੱਲ ਖੋਲੋ ਯਾਰ ਹਾਂਜੀ ਡੀ ਸੀ ਬਾਬੂ ਰਾਜੂ ਬਾਈ ਵਾਲੀ ਜੀ ਇਹਦਾ ਗਾਹਾਂ ਅੱਗੇ ਨੂੰ ਚੁੱਲ੍ਹਾ ਘਾਟਾ ਥੋੜ੍ਹਾ ਤਾਂ ਕਰਕੇ ਲੱਗਦਾ ਥਾ ਟੇਢਾ ਹੋ ਕੇ ਨਾਲ ਅਗਲਾ ਚੁੱਲ੍ਹਾ ਜਿਹਾ ਟਾਇਟ ਹੋਗਾ ਗਾਹਾਂ ਨੂੰ ਲੈ ਜਾ ਟਰੈਕਟਰ ਪਰ ਵਜਨ ਉਹਨਾਂ ਦਾ ਬੰਦ ਕਰ ਲਾ ਤੁਹਾਨੂੰ ਤਾਂ ਪਤਾ ਕਿਹੜੀ ਕਿਹੜਾ ਸਮਾਨ ਆ ਤੇਰਾ ਕੁਸਤਾ ਚੱਕ ਲੈ ਜਾ